ਇੱਥੇ ਪਾਣੀ 6-7 ਫੁੱਟ ਹੈਗਾ ਸੀ ਇੱਥੇ ਜਿੱਥੇ ਆਪਾਂ ਖੜੇ ਹੁਣ। ਘਣੇ ਬੰਦੇ ਦਾ ਪਾਣੀ ਹੋ ਗਿਆ ਸੀ ਅਤੇ ਇੱਧਰ ਤਾਂ ਬਹੁਤ ਹੀ ਜ਼ਿਆਦਾ ਪਾਣੀ ਹੋ ਗਿਆ ਸੀ, ਜ਼ਮੀਨਾਂ ਖਰਾਬ ਹੋ ਗਈਆਂ, ਰੇਤੇ ਪੈ ਗਏ ਨੇ, ਕਣਕ ਵੀ ਨਹੀਂ ਕਈਆਂ ਦੀ ਬਗੀਚੀ ਵਿਚਾਰਿਆਂ ਦੀ, ਅਜੇ ਬੰਜਰ ਜ਼ਮੀਨਾਂ ਪਈਆਂ ਨੇ, ਟੁੱਟ ਜਾਂਦੇ ਹੁਣ ਦੁਬਾਰਾ ਪਾਣੀ ਆ ਗਿਆ ਨਾ, ਕਿਤੇ ਲੱਭਣਾ ਕੁਛ ਨਹੀਂ। ਅਜੇ ਤਾਂ ਕੋਈ ਨਹੀਂ ਪਹੁੰਚਿਆ। ਕਿੰਨਾ ਕੁ ਨੁਕਸਾਨ ਹੋਇਆ ਪਿਛਲੇ ਸਾਲ? ਨੁਕਸਾਨ ਤਾਂ ਕਾਫੀ ਹੋ ਗਿਆ, ਅਸੀਂ ਤਾਂ ਮੰਗਣ ਜੋਗੇ ਹੋ ਗਏ। ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਦਰਿਆਵਾਂ ਦਾ ਪੱਧਰ ਉੱਚਾ ਹੋਣਾ ਸ਼ੁਰੂ ਹੋ ਗਿਆ। ਔਰ ਜੇਕਰ ਗੱਲ ਕਰੀਏ ਸਤਲੁਜ ਦਰਿਆ ਦੀ, ਤਾਂ ਸਤਲੁਜ ਦਰਿਆ ਦੇ ਵਿੱਚ ਪਿਛਲੇ ਸਾਲ ਅੰਤਾਂ ਦੇ ਹੜ੍ਹ ਸਨ, ਪਿੰਡਾਂ ਦੇ ਪਿੰਡ ਜਿਹੜੇ ਸੀਗੇ ਉਹ ਡੁੱਬ ਗਏ ਸੀਗੇ। ਅਸੀਂ ਇਸ ਵੇਲੇ ਫਿਰੋਜ਼ਪੁਰ ਦੇ ਉਸ ਬੰਨ ਦੇ ਉੱਪਰ ਮੌਜੂਦ ਹਾਂ ਜਿੱਥੇ ਇਹ ਪਿਛਲੇ ਸਾਲ 5-5 ਫੁੱਟ ਪਾਣੀ ਸੀਗਾ। ਔਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਮੁੜ ਦਰਿਆ ਦਾ ਜਿਹੜਾ ਪੱਧਰ ਆ ਉਹ ਉੱਚਾ ਹੋਇਆ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਲੁਜ ਦਰਿਆ ਦਾ ਇਹ ਪੱਧਰ ਹੈ। ਔਰ ਅਸੀਂ ਇਸ ਵੇਲੇ ਟੇਂਡੀ ਵਾਲਾ ਪਿੰਡ ਹੈ ਔਰ ਇੱਕ ਪਾਸੇ ਕਾਲੂ ਵਾਲਾ ਔਰ ਇੱਕ ਪਾਸੇ ਟੇਂਡੀ ਵਾਲਾ ਉਸ ਦਰਿਆ ਦੇ ਉੱਪਰ ਮੌਜੂਦ ਹਨ। ਦੂਰ ਦੂਰ ਤੱਕ ਜੇਕਰ ਨਿਗਾਹ ਮਾਰੀ ਜਾਵੇ ਤਾਂ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਇਸ ਇਲਾਕੇ ਦੇ ਵਿੱਚ ਰੇਤ ਜਿਹੜੀ ਸੀਗੀ ਉਹ ਪੈ ਗਈ ਸੀਗੀ, ਜ਼ਮੀਨਾਂ ਜਿਹੜੀਆਂ ਰੇਤ ਦੇ ਨਾਲ ਭਰ ਗਈਆਂ ਸੀਗੀਆਂ ਔਰ ਕਿਸਾਨਾਂ ਦਾ ਇੱਥੋਂ ਦੇ ਪਿੰਡਾਂ ਦੇ ਲੋਕਾਂ ਦਾ ਨੁਕਸਾਨ ਹੋਇਆ ਸੀਗਾ ਔਰ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ। ਔਰ ਜੇਕਰ ਗੱਲ ਕਰੀਏ ਉਸ ਤੋਂ ਬਾਅਦ ਕਣਕ ਦੀ ਜਿਹੜੀ ਫਸਲ ਸੀਗੀ ਉਹ ਵੀ ਨਹੀਂ ਹੋਈ। ਕਈ ਇਲਾਕਿਆਂ ਦੇ ਵਿੱਚ ਤਾਂ ਰੇਤਾ ਭਰੀ ਹੋਣ ਕਰਕੇ ਉਹਨਾਂ ਕਿਸਾਨਾਂ ਨੂੰ ਫਸਲ ਬੀਜਣ ਦਾ ਮੌਕਾ ਹੀ ਨਹੀਂ ਮਿਲਿਆ ਔਰ ਕਣਕ ਤੋਂ ਬਾਅਦ ਜਦੋਂ ਝੋਨਾ ਆਇਆ ਤਾਂ ਝੋਨੇ ਦੀ ਫਸਲ ਵੀ ਨਹੀਂ ਉੱਗੀ ਔਰ ਉਹ ਜਿਹੜੀਆਂ ਜ਼ਮੀਨਾਂ ਸੀਗੀਆਂ ਉਹ ਬੰਜਰ ਬਣ ਕੇ ਰਹਿ ਗਈਆਂ। ਔਰ ਇੱਥੋਂ ਦੇ ਲੋਕਾਂ ਦਾ ਇਹੀ ਕਹਿਣਾ, ਇੱਥੋਂ ਦੇ ਲੋਕਾਂ ਦਾ ਇਹੀ ਜਿਹੜਾ ਸਰਕਾਰ ਨੂੰ ਗੁਹਾਰ ਰਹੀ ਹੈ ਕਿ ਉਹਨਾਂ ਨੂੰ ਹੜ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ, ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਰੇਤਾ ਕੱਢਣ ਲਈ ਮੁੜ ਮੌਕਾ ਦਿੱਤਾ ਜਾਵੇ ਤਾਂ ਜੋ ਆਪਣੀਆਂ ਜ਼ਮੀਨਾਂ ਨੂੰ ਮੁੜ ਆਬਾਦ ਕਰਨਗੇ। ਔਰ ਜੇਕਰ ਗੱਲ ਕਰੀਏ ਇਸ ਟਾਈਮ ਹੋ ਰਹੀ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਬਰਸਾਤ ਕਾਰਨ ਜਿਹੜਾ ਸਤਲੁਜ ਦਰਿਆ ਦਾ ਪਾਣੀ ਆ ਉਹਦਾ ਪੱਧਰ ਉੱਚਾ ਹੋ ਰਿਹਾ ਔਰ ਉਸ ਨੂੰ ਲੈ ਕੇ ਮੁੜ ਜਿਹੜਾ ਪਿਛਲੇ ਸਾਲ ਵਾਂਗ ਇਹਨਾਂ ਇਲਾਕਿਆਂ ਦੇ ਵਿੱਚ ਹੜ੍ਹ ਨਾ ਆਉਣ ਤਾਂ ਬੰਨਾਂ ਦੀ ਮਜ਼ਬੂਤੀ ਹੋਣੀ ਲਾਜ਼ਮੀ ਹੈ। ਔਰ ਜੇਕਰ ਇਸ ਇਲਾਕੇ ਦੀ ਗੱਲ ਕਰੀਏ ਤਾਂ ਇਸ ਇਲਾਕੇ ਦੇ ਬੰਨਾਂ ਦੇ ਉੱਪਰ ਅਜੇ ਤੱਕ ਮਿੱਟੀ ਨਹੀਂ ਪਾਈ ਗਈ ਔਰ ਜੇਕਰ ਪਾਈ ਗਈ ਆ ਨੋਚਾਂ ਦੇ ਉੱਪਰ ਤਾਂ ਇੱਥੋਂ ਦੇ ਪਿੰਡਾਂ ਦੇ ਲੋਕਾਂ ਦੇ, ਇੱਥੋਂ ਦੇ ਕਿਸਾਨਾਂ ਨੇ ਖੁਦ ਆਪਣੇ ਪੱਲਿਓਂ ਪੈਸੇ ਲਾ ਕੇ ਇਹ ਮਿੱਟੀ ਪਾਈ ਆ। ਅਸੀਂ ਤੁਹਾਨੂੰ ਤਸਵੀਰਾਂ ਮੁੜ ਦਿਖਾਉਣੇ ਆ, ਇਹ ਸਤਲੁਜ ਦਰਿਆ ਔਰ ਅਸੀਂ ਉਸ ਨੋਜ਼ ਦੇ ਉੱਪਰ ਖੜ੍ਹੇ ਹੋਏ ਹਾਂ ਜਿੱਥੇ ਲੋਕਾਂ ਨੇ ਖੁਦ ਮਿੱਟੀ ਪਾਈ ਸੀ ਔਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਨਾਂ ਲੋਕਾਂ ਦੀ ਸਾਰਨੀ ਲਈ। ਇਸ ਗੱਲਬਾਤ ਕਰਾਂਗੇ। ਭਾਅ ਜੀ ਕੀ ਨਾਮ ਕੀ ਤੁਹਾਡਾ? ਜਗਤਾਰ ਸਿੰਘ। ਕੀ ਨਾ ਪਿੰਡ ਕਿਹੜਾ ਤੁਹਾਡਾ? ਟੇਂਡੀ ਵਾਲਾ ਜੀ। ਕਿੰਨਾ ਕੁ ਪਿਛਲੇ ਸਾਲ ਇੱਥੇ ਪਾਣੀ ਆਇਆ ਸੀਗਾ? ਇੱਥੇ ਪਾਣੀ 6-7 ਫੁੱਟ ਹੈਗਾ ਸੀ ਇੱਥੇ ਜਿੱਥੇ ਆਪਾਂ ਖੜ੍ਹੇ ਹੁਣ। ਆ ਬੰਨ ਕਿਧਰੇ ਥੋੜ੍ਹਾ ਬਹੁਤ ਨੰਗਾ ਹੈਗਾ ਸੀ, ਘਣੇ ਬੰਨ 'ਤੇ ਤਾਂ ਪਾਣੀ ਹੋ ਗਿਆ ਸੀ ਅਤੇ ਇੱਧਰ ਤਾਂ ਬਹੁਤ ਹੀ ਜ਼ਿਆਦਾ ਪਾਣੀ ਹੋ ਗਿਆ ਸੀ, ਜ਼ਮੀਨਾਂ ਖਰਾਬ ਹੋ ਗਈਆਂ, ਰੇਤੇ ਪੈ ਗਏ ਨੇ, ਕਣਕ ਵੀ ਨਹੀਂ ਕਈਆਂ ਦੀ ਬਗੀਚੀ ਵਿਚਾਰਿਆਂ ਦੀ, ਅਜੇ ਬੰਜਰ ਜ਼ਮੀਨਾਂ ਪਈਆਂ ਨੇ, ਬਾਕੀ ਨਾ ਕੋਈ ਸਰਕਾਰ ਨੇ ਮੁਆਵਜ਼ਾ ਦਿੱਤਾ।
ਹੁਣ ਜਿੱਦਾਂ ਹੁਣ ਬਰਸਾਤਾਂ ਹੋ ਰਹੀਆਂ, ਪਹਾੜਾਂ ਦੇ ਵਿੱਚ ਬਰਸਾਤ ਹੋ ਰਹੀ, ਮੈਦਾਨੀ ਇਲਾਕਿਆਂ 'ਤੇ ਬਰਸਾਤ ਹੋ ਰਹੀ, ਕਈ ਇਹੋ ਜਿਹੇ ਪਿੰਡ ਵੀ ਹੈਗੇ ਜਿਨ੍ਹਾਂ ਦੇ ਵਿੱਚ ਹੜ੍ਹ ਆ ਚੁੱਕੇ ਆ, ਮੁੜ ਜਿਹੜੀ ਦਸਤਕ ਦੇ ਚੁੱਕੀ ਆ, ਔਰ ਜੇਕਰ ਹੁਣ ਸਤਲੁਜ ਦਰਿਆ ਦਾ ਵੀ ਪਾਣੀ ਵਧਿਆ ਹੋਇਆ ਇੱਥੇ, ਵਧਿਆ ਇਹ ਬੰਨਾਂ ਦੀ ਮਜ਼ਬੂਤੀ ਲਈ ਕੋਈ ਮਿੱਟੀ ਵਗੈਰਾ ਪਾਈ ਇੱਥੇ? ਨਹੀਂ ਪਾਈ ਸਰਕਾਰ ਨੇ, ਨਹੀਂ ਪਾਈ ਆਪਦੇ ਪੱਲਿਓ ਜ਼ਿਮੀਂਦਾਰਾਂ ਨੇ ਪਾਈ ਹੈ ਜਿੱਥੇ ਆਪਾਂ ਖੜ੍ਹੇ ਹੁਣ, ਸਰਕਾਰ ਅਜੇ ਨਹੀਂ ਆਈ ਨੇੜੇ 'ਚ, ਸਰਕਾਰ ਨੇ ਕੋਈ ਇੱਥੇ ਬੰਦਾ ਨਹੀਂ ਆਇਆ ਜਾਂ ਅਫਸਰ ਨਹੀਂ ਆਇਆ? ਕੁਛ ਨਹੀਂ ਆਇਆ, ਕੋਈ ਅਫਸਰ ਵੀ ਨਹੀਂ ਆਇਆ ਇੱਥੇ ਜੀ। ਕੀ ਲੱਗਦਾ ਕਿ ਜੇ ਦੁਬਾਰਾ ਪਾਣੀ ਆਉਂਦਾ ਤੇ ਇਹ ਜਿਹੜੇ ਬੰਨ ਜਿਹੜੇ ਏਦਾਂ ਟਿੱਕੇ ਰਹਿਣਗੇ? ਟੁੱਟ ਜਾਂਦੇ ਜੀ, ਟੁੱਟ ਜਾਂਦੇ, ਹੁਣ ਦੁਬਾਰਾ ਪਾਣੀ ਆ ਗਿਆ ਨਾ ਇੱਥੇ ਲੱਭਣਾ ਹੀ ਕੁਛ ਨਹੀਂ, ਟੁੱਟ ਜਾਂਦੇ, ਬਹੁਤ ਨੁਕਸਾਨ ਜ਼ਿਆਦਾ ਹੋ ਜਾਏਗਾ। ਜਿੱਦਾਂ ਪਿੰਡਾਂ ਦੇ ਲੋਕ, ਤੁਹਾਡੇ ਏਰੀਏ ਦੇ ਲੋਕ ਜਿਹੜੇ ਨੇ, ਉਹਨਾਂ ਨੇ ਜਾ ਕੇ ਡੀਸੀ ਸਾਹਿਬ ਜਾਂ ਹੋਰ SDM ਸਾਹਿਬ ਜਾਂ ਕਿਸੇ ਅਫਸਰ ਕੋਲ ਗੁਹਾਰ ਨਹੀਂ ਲਾਈ ਵੀ ਸਾਡੇ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ, ਮਿੱਟੀ ਪਾਈ ਜਾਵੇ? ਅੱਗੇ ਬਹੁਤ ਵਾਰੀ ਇੱਥੇ ਜੋ ਆਉਂਦੇ ਨੇ, ਬਹੁਤ ਵਾਰੀ ਉਹਨਾਂ ਨੂੰ ਆਖਿਆ ਵੀ ਨੂਚਾ ਬੰਨ ਦਿਓ, ਬੰਨ ਜਿਹੜੇ ਨੇ ਬੰਨ ਉੱਚੇ ਕਰ ਦਈ, ਤੋੜ ਹੋਏ ਨੇ, ਪਰ ਕੋਈ ਗੱਲ ਹੀ ਨਹੀਂ ਸੁਣਦਾ ਕੋਈ, ਕੀ ਕਰੀਦਾ? ਸਾਡੇ ਵਾਸਤੇ ਤਾਂ ਕਰਲਾਣਾ ਹੈਗਾ, ਪਰ ਉਹ ਵੀ ਕਰਲਾਵੀ ਦਾ ਵੀ ਆਹ ਸਾਡੇ ਕੰਮ ਜਿਹੜੇ ਰਹਿੰਦੇ ਨੇ ਕਰ ਦਿਓ, ਨੋਚਾਂ ਵੱਜਣ, ਆਹ ਪਿੰਡ ਦਾ ਬਚਾਅ ਹੋ ਜਾਵੇ, ਜੇ ਤੂੰ ਤੋੜ ਹੁੰਦਾ ਹੈ ਤਾਂ ਪਿੰਡ ਵੀ ਜਾਂਦਾ, ਰਾਜੋਗਾਂ ਨੂੰ ਵੀ ਮਾਰ ਜਾ ਪੈਣੀ ਇੱਥੋਂ। ਕਿੰਨੇ ਕੋਈ ਏਰੀਏ ਦੇ ਵਿੱਚ ਜਿਹੜੀ ਮਿੱਟੀ ਨਹੀਂ ਪਈ ਹੋਈ ਬੰਨਾਂ ਦੇ ਉੱਪਰ? ਇੱਥੇ ਘੱਟ ਤੋਂ ਘੱਟ ਜ਼ਿਆਦਾ ਨਹੀਂ ਤਾਂ 2 ਕਿਲੋਮੀਟਰ ਦੇ ਪੇਰ ਫਿਰ ਮਿੱਟੀ ਨਹੀਂ ਪਈ ਇੱਥੇ ਬੰਨ 'ਤੇ। ਹਾਂ, ਆਹ ਇੱਧਰ ਪਿੱਛੇ ਵੀ ਹੈਗਾ ਸੀ, ਇਸ 'ਤੇ ਵੀ ਨਹੀਂ ਪਈ ਮਿੱਟੀ ਇੱਥੇ। ਪਾਣੀ ਇੱਥੇ ਟੱਕਰ ਵੱਜਦੀ ਸਿੱਧੀ? ਹਾਂਜੀ ਹਾਂਜੀ, ਆਹ ਪਾਣੀ ਸਿੱਧਾ ਟੱਕਰ ਇੱਥੋਂ ਵੱਜਦੀ ਹੈ। ਇਹ ਮੇਨ ਨੋਚ ਹੈਗੀ ਵਾਲੀ? ਆਹ ਮੇਨ ਨੋਚ ਹੈ। ਤਾਂ ਬਿਲਕੁਲ ਤੁਹਾਨੂੰ ਤਸਵੀਰਾਂ ਇੱਕ ਵਾਰੀ ਮੁੜ ਦਿਖਾਉਂਦੇ ਹਾਂ ਕਿ ਇਹ ਨੋਚ ਹੈਗੀ ਹੈ ਸਤਲੁਜ ਦਰਿਆ ਦੀ, ਜਿਹੜੀ ਸਿੱਧੀ ਟੱਕਰ ਵੱਜਦੀ ਹੈ, ਔਰ ਇਸ ਜਗ੍ਹਾ ਦੇ ਉੱਪਰ ਪੱਕੇ ਤੌਰ 'ਤੇ ਨੋਚ ਬੰਨੀ ਲਾਜ਼ਮੀ ਸੀ, ਔਰ ਤਾਂ ਜੋ ਇਸ ਬੰਨ ਦੀ ਮਜ਼ਬੂਤੀ ਹੋ ਸਕੇ। ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਨਾਂ ਲੋਕਾਂ ਦੀ ਸਾਰਨੀ ਲਈ, ਜ਼ਿਲ੍ਹਾ ਪ੍ਰਸ਼ਾਸਨ ਨੇ ਇਹਨਾਂ ਪਿੰਡਾਂ ਦੀ ਸਾਰਨੀ ਲਈ, ਔਰ ਸ਼ਾਇਦ ਇਸ ਉਡੀਕ ਦੇ ਵਿੱਚ ਆ ਜ਼ਿਲ੍ਹਾ ਪ੍ਰਸ਼ਾਸਨ ਕਿ ਮੁੜ ਜਿਹੜਾ ਸਤਲੁਜ ਦਰਿਆ ਦੇ ਪਾਣੀ ਆ ਉਹ ਵਧੇ, ਮੁੜ ਹੜ੍ਹ ਆਉਣ, ਔਰ ਮੁੜ ਇਹ ਲੋਕ ਜਿਹੜੇ ਆ ਉਸ ਪਾਣੀ ਦੀ ਮਾਰ ਹੇਠ ਆਉਣ, ਔਰ ਜਿਹੜਾ ਡੋਬਾ ਇਹ ਝੱਲਣ। ਚਾਹੀਦਾ ਤਾਂ ਸੀਗਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਜਦੋਂ ਹੜ੍ਹ ਆਏ ਸੀ ਉਦੋਂ ਹੀ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਬੰਨਾਂ ਦੇ ਉੱਪਰ ਮਿੱਟੀ ਪਾਈ ਜਾਂਦੀ। ਕੀ ਨਾਮ ਕੀ ਤੁਹਾਡਾ ਜੀ? ਜੋਗਿੰਦਰ ਸਿੰਘ। ਜੋਗਿੰਦਰ ਸਿੰਘ ਜੀ, ਪਿੰਡ ਕਿਹੜਾ? ਪਿੰਡ ਟੈਂਡੀ ਵਾਲਾ ਜੀ। ਜੇਕਰ ਇਸ ਇਲਾਕੇ ਦੀ ਗੱਲ ਕਰੀਏ, ਇਹਨਾਂ ਬੰਨਾਂ ਦੀ ਗੱਲ ਕਰੀਏ, ਕਿੰਨੀ ਕੁ ਮਿੱਟੀ ਪਈ ਇੱਥੇ? ਮਿੱਟੀ ਇੱਥੇ ਤਾਂ ਜੀ ਆਪਦੇ ਪੱਲਿਓਂ ਪਾਈ ਜੋ ਪੈਸਾ ਰਹਾ, ਕਿਉਂ ਜਿੰਨੀ ਕੁ ਗੁੰਜਾਇਸ਼ ਹੋਵੇ ਉਹਨਾਂ ਕੋਈ ਕਰਨਾ। ਆਇਆ ਕੋਈ ਨਹੀਂ ਇੱਥੇ ਕੋਈ DC ਜਾਂ ਕੋਈ ਉਰੇ? ਖੜੀਆਂ ਨੋਚਾਂ ਨੋਚਾਂ ਸਭ ਟੁੱਟੀਆਂ ਭੱਜੀਆਂ, ਅਜੇ ਤਾਂ ਕੋਈ ਨਹੀਂ ਪਹੁੰਚਿਆ। ਕਿੰਨਾ ਕੁ ਨੁਕਸਾਨ ਹੋਇਆ ਪੀਲੇ ਸਾਲ? ਨੁਕਸਾਨ ਤਾਂ ਕਾਫੀ ਹੋ ਗਿਆ, ਅਸੀਂ ਤਾਂ ਮੰਗਣ ਜੋਗੇ ਹੋ ਗਏ, ਹਾਂ ਤਾਂ ਮੰਗਣ ਜੋਗਾ ਪਾਣੀ ਨੇ ਕਰ ਦਿੱਤਾ, ਐਡਾ ਬੁਰਾ ਹਾਲ ਵਾ। ਹਾਂ, ਅਤੇ ਫਿਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਅਸੀਂ ਮੰਗਣ ਜੋਗੇ ਹੋ ਗਏ ਹਾਂ ਔਰ ਫਸਲਾਂ ਬਰਬਾਦ ਹੋ ਗਈਆਂ ਸੀ, ਫਿਰ ਰੋਟੀ ਕਿਵੇਂ ਪੱਕਦੀ ਸੀਗੀ? ਰੋਟੀ ਕੀ ਕਰ, ਦਿਹਾੜੀ ਤਾਂ ਆਪਾਂ ਨਰਮੇ ਚੁਗਣ ਗਏ ਰਹੇ, ਨਰਮਾ ਚੁੱਕ ਚੁੱਕ ਅਤੇ ਸਾਰਾ ਟਾਈਮ ਪਾਸ ਕੀਤਾ। ਗੰਜਾਇਸ਼ ਹੀ ਨਹੀਂ ਗਰਦੋਰੀਆਂ ਸਾਡੇ ਤੋੜਤੀਆਂ ਨੇ, ਅਸੀਂ ਦੱਸੋ ਕਿੱਧਰ ਜਾਈਏ, ਜਾਂ ਸਾਨੂੰ ਕੋਈ ਪੱਕੀਆਂ ਮਾੜੇ ਮੋਟੇ ਕਰ ਦੇਣ ਪੈਸਾ ਚੱਲ ਦੇ ਕੇ, ਅਤੇ ਅਸੀਂ ਕਰਾ ਲਈ ਮਾੜੇ ਮੋਟੇ ਵੀ ਜਿੰਨੀ ਕੁ ਪਹੁੰਚ ਸਾਡੇ ਕੋਲ ਗਈ, ਸਾਡੇ ਕੋਲ ਪੈਸਾ ਹੀ ਨਹੀਂ ਹੈਗਾ ਤਾਂ ਅਸੀਂ ਕਹਿੰਦੇ ਪੱਕੀ ਕਰਾਈਏ, ਰੋਟੀ ਨੂੰ ਮਜਬੂਰ ਹੋ ਜਾਈਏ ਕਿੱਥੋਂ ਪੱਕੀ ਕਰਾ ਲਈਏ। ਹਾਂ ਬਿਲਕੁਲ, ਤਾਂ
ਪਿਛਲੇ ਸਾਲ ਜਿਹੜੇ ਹੜ੍ਹ ਆਏ ਸੀਗੇ, ਇੱਥੋਂ ਦੇ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਗਏ ਸੀਗੇ, ਫਸਲਾਂ ਤਬਾਹ ਹੋ ਗਈਆਂ ਸੀਗੀਆਂ, ਝੋਨਾ ਖਤਮ ਹੋ ਗਿਆ ਸੀਗਾ, ਝੋਨੇ ਤੋਂ ਬਾਅਦ ਕਣਕ ਜਿਹੜੀ ਆ ਉਹ ਵੀ ਕਿਤੇ ਟਾਵੀਂ ਟਾਵੀਂ ਹੋਈ ਸੀ, ਹੁਣ ਕਿਤੇ ਜਾ ਕੇ ਝੋਨਾ ਲੱਗਣਾ ਸ਼ੁਰੂ ਹੋਇਆ, ਝੋਨੇ ਦੀ ਫਸਲ ਹੋਣੀ ਸ਼ੁਰੂ ਹੋਈ ਆ। ਪਰ ਜਿਸ ਤਰ੍ਹਾਂ ਬਰਸਾਤਾਂ ਹੋ ਰਹੀਆਂ ਨੇ, ਜਿਸ ਤਰ੍ਹਾਂ ਹੋਰਨਾਂ ਇਲਾਕਿਆਂ ਦੇ ਵਿੱਚ ਹੜ੍ਹ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਗਿਆ, ਉਸੇ ਤਰ੍ਹਾਂ ਹੀ ਜਿੱਦਾਂ ਨਵਾਨ ਵੱਲ ਪਾਣੀ ਆਊਗਾ, ਤਾਂ ਉਹ ਇਹ ਫਿਰੋਜ਼ਪੁਰ ਦਾ ਏਰੀਆ ਸਭ ਤੋਂ ਨੀਵਾਂ ਏਰੀਆ ਸਮੁੱਚੇ ਪੰਜਾਬ ਦੇ ਵਿੱਚ, ਔਰ ਜਿਹੜਾ ਜਿੰਨਾ ਵੀ ਪਾਣੀ ਆਉਣਾ ਇਸ ਇਲਾਕੇ ਦੇ ਵਿੱਚ ਆਉਣਾ, ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਸੁੱਤਾ ਪਿਆ। ਕੁੰਭਕਰਨੀ ਨੀਂਦੋਂ ਉਸ ਪ੍ਰਸ਼ਾਸਨ ਨੂੰ ਜਗਾਉਣਾ ਪਵੇਗਾ, ਕਿਉਂਕਿ ਹੜ੍ਹ ਜਿਹੜੇ ਆ ਉਹ ਉੱਤਰ ਵੱਲ ਜਿਹੜੇ ਉਹ ਆ ਚੁੱਕੇ ਨੇ, ਔਰ ਉੱਤਰ ਤੋਂ ਜਿਹੜਾ ਨਵਾਨ ਵੱਲ ਜਿਹੜਾ ਪਾਣੀ ਆਊਗਾ ਤਾਂ ਉਹ ਹੜ੍ਹਾਂ ਦੇ ਰੂਪ ਦੇ ਵਿੱਚ ਇਸ ਇਲਾਕੇ ਦੇ ਵਿੱਚ ਇਸ ਨੋਚ ਦੀ ਉੱਪਰ ਸਿੱਧੀ ਟੱਕਰ ਜਿਹੜੀ ਆ ਉਹ ਵੱਜੇਗੀ। ਕੀ ਨਾਮ ਕੀ ਤੁਹਾਡਾ ਜੀ? ਬਲਵੀਰ ਸਿੰਘ ਜੀ। ਬਲਵੀਰ ਸਿੰਘ ਜੀ, ਜੇ ਆਪਾਂ ਗੱਲ ਕਰਦੇ ਹਾਂ ਕਿ ਹੁਣ ਜਿੱਦਾਂ ਸਾਹਮਣੇ ਦਿਖ ਰਿਹਾ ਕਿ ਰੇਤਾ ਹੀ ਰੇਤਾ ਵੇਖਣ ਨੂੰ ਮਿਲ ਰਹੀ ਹੈ, ਔਰ ਇਸ ਇਲਾਕੇ ਦੇ ਵਿੱਚ ਹੜ੍ਹਾਂ 'ਤੇ ਆਉਣ ਤੋਂ ਬਾਅਦ ਕੋਈ ਫਸਲ ਹੋਈ ਸੀਗੀ? ਫਸਲ ਨਹੀਂ ਹੋਈ ਸੀ, ਕੋਈ ਫਸਲ ਨਹੀਂ ਹੋਈ ਸੀ, ਸਾਰਾ ਮਲੇ ਰੇਤਾ ਹੀ ਪੈ ਗਿਆ ਸੀ, ਅਤੇ ਕੋਈ ਕਣਕ ਨਹੀਂ ਹੋਈ, ਕੁਛ ਨਹੀਂ ਹੋਇਆ ਸੀ, ਅਤੇ ਕੋਈ ਮਾਜਵਾ ਨਹੀਂ, ਸਰਕਾਰ ਨੇ ਦਿੱਤਾ ਕੁਛ ਨਹੀਂ ਦਿੱਤਾ, ਵੀ ਇੱਦਾਂ ਹੀ ਬਸ ਲਾਰੇ ਲੋਰੇ ਲਾ ਕੇ ਕਹਿੰਦੇ ਸੀ ਦਿਆਂ ਦੇ ਦਿਆਂ ਦੇ, ਕਿਸੇ ਦਿੱਤਾ ਹੀ ਨਹੀਂ ਲੱਗ। ਗੱਲ ਕਰਦੇ ਹਾਂ ਪਿਛਲੇ ਸਾਲ ਦੀ, ਜਿੱਦਾਂ ਹੜ੍ਹ ਆਏ ਸੀਗੇ, ਔਰ ਇੱਥੇ ਲੋਕ ਦੱਸਦੇ ਆ ਜਾਂ ਇੱਥੋਂ ਦੇ ਵਸਨੀਕ ਦੱਸਦੇ ਕਿ 5-5 ਫੁੱਟ ਪਾਣੀ ਸੀਗਾ ਇਸ ਜਗ੍ਹਾ ਦੇ ਉੱਪਰ, ਔਰ ਹੜ੍ਹਾਂ ਦੀ ਸਥਿਤੀ ਤਾਂ ਦੁਬਾਰਾ ਬਣਦੀ ਜਾਂਦੀ ਆ, ਹਾਲਾਤ ਦੁਬਾਰਾ ਬਣਦੇ ਜਾਂਦੇ ਆ, ਔਰ ਸਰਕਾਰ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਤਾਂ ਹਾਲੇ ਤੱਕ ਇਹ ਬੰਨ ਹੀ ਨਹੀਂ ਪੱਕੇ ਕੀਤੇ? ਨਹੀਂ ਕੀਤੇ ਬੰਨ, ਅਜਿਹਾ ਹੀ ਨਹੀਂ ਆ, ਗੇੜਾ ਹੀ ਨਹੀਂ ਲਾਇਆ ਨਹੀਂ ਅਜਿਹਾ ਜਿੱਥੇ ਕਰਤਾ ਬੰਨਾ ਬੁੰਨਾ ਤਾਂ ਕੋਈ ਬੰਨ ਨਹੀਂ, ਮਤਲਬ ਜਿਵੇਂ ਆ 2-3 ਕਿਲੋਮੀਟਰ 4 ਹੈਗਾ, ਜਿਵੇਂ ਰਾਜੋ ਕਈ ਹੈਗਾ, ਅਜੇ ਤੱਕ ਕੋਈ ਮਿੱਟੀ ਨਹੀਂ ਕਿਸੇ ਪਾਈ, ਕੋਈ ਕੋਈ ਉਹਨਾਂ ਗੱਲਬਾਤ ਨਹੀਂ ਕੀਤੀ, ਮਿੱਟੀ ਉਵੇਂ ਹੀ ਪਾਇਆ ਪੱਚੜਾ ਲੱਕ ਹੋਇਆ। ਖੁੰਦਰ ਗੱਟੀ 'ਚ ਇੱਕ ਬੰਨ ਟੁੱਟ ਗਿਆ ਸੀ ਪਿੱਛੇ? ਹਾਂਜੀ ਟੁੱਟਿਆ ਸੀ, ਖੁੰਦਰ ਗੱਟੀ ਵੀ ਟੁੱਟਿਆ ਸੀ, ਉੱਥੇ ਬਹੁਤ ਪਾਣੀ ਅਜੇ ਵੀ ਖੜ੍ਹਾ, ਉਹ ਅੱਗੋਂ ਲੋਕਾਂ ਨੇ ਨਿੱਕਾ ਜਿਹਾ ਬੰਨ ਪਾਇਆ ਹੋਇਆ ਅਤੇ ਉਹ ਰੋਕ ਪਾਈ ਹੋਈ ਹੈ, ਅਤੇ ਉਹ ਪਾਣੀ ਕੁੜੀ ਅੱਡਾ ਉਹਦਾ ਵੀ ਉੱਥੇ ਹੀ ਖੜ੍ਹਾ ਵਾ, ਉਵੇਂ ਖੜ੍ਹਾ। ਹਾਂ, ਅਤੇ ਉੱਥੇ ਬੰਨ ਨੂੰ ਪੱਕਾ ਨਹੀਂ ਕੀਤਾ ਗਿਆ? ਨਾ ਪੱਕਾ ਨਹੀਂ, ਬੰਨ ਨੂੰ ਅਜੇ ਬੰਨ ਟੁੱਟਣ ਦੇ ਬਾਵਜੂਦ ਵੀ ਇਸ ਏਰੀਏ ਦੇ ਵਿੱਚ ਜਿਹੜੇ ਸਰਕਾਰੀ ਨੁਮਾਇੰਦੇ ਆ ਕੋਈ ਨਹੀਂ ਆਇਆ ਇੱਥੇ ਵੀ ਇਸ ਬੰਨ ਨੂੰ ਪੱਕਿਆ ਕਰ ਦਿੱਤਾ ਜਾਵੇ? ਇੱਥੇ ਪਤਾ ਨਹੀਂ, ਉਹ ਅਜੇ ਤੱਕ ਨਹੀਂ ਮੇਰੇ ਹਿਸਾਬ 'ਚ ਆਏ ਹੋਏ, ਉੱਥੇ ਵੀ ਸਰਕਾਰੀ ਬੰਦਾ ਕੋਈ ਨਹੀਂ ਆਇਆ ਉਹ ਬੰਨ ਪੱਕਾ ਕਰਨ ਵਾਸਤੇ, ਉਹ ਆਮ ਹੀ ਬੰਨੀ ਹੋਈ ਹੈ, ਬੰਨੀ ਜੇ ਆ ਲੋਕਾਂ ਨੇ ਆਪਦੇ ਘਰਾਂ ਮਲੋਂ ਵੀ ਪੈਲੀ ਪੁੜੀ ਦਾ, ਅਤੇ ਨੁਕਸਾਨ ਤਾਂ ਬਹੁਤ ਹੋਇਆ ਵਾ ਉੱਥੇ, ਅਜੇ ਵੀ ਪਾਣੀ ਖੜ੍ਹਾ ਹੋਇਆ ਇਸੇ ਤਰ੍ਹਾਂ ਖੜ੍ਹਾ ਜਿਵੇਂ ਆ ਖੜ੍ਹਾ, ਅਤੇ ਨੁਕਸਾਨ ਬਹੁਤ ਹੋਇਆ ਉੱਧਰ ਵੀ, ਮੈਂ ਗਿਆ ਸੀ 4-5 ਦਿਨ ਹੋ ਗਏ ਨਾ, ਮੈਂ ਦੇਖਿਆ ਸੀ ਅਤੇ ਬਹੁਤ ਨੁਕਸਾਨ ਹੋਇਆ ਪਿਆ ਸੀ। ਮੰਗ ਕੀ ਕਰਦੇ ਤੁਸੀਂ? ਮੰਗ ਇਹੋ ਕਰਦੇ ਨੇ ਵੀ ਲੋਕ ਵੀ ਇਹੋ ਮੰਗ ਕਰਦੇ ਨੇ ਵੀ ਸਾਨੂੰ ਕੋਈ ਬੰਨਾ ਬੁੰਨਾ ਪਾ ਦੇਣ, ਬੰਨੇ ਪਾ ਦੇਣਾ ਵੀ ਬੰਨ ਪੈ ਜਾਣਾ, ਅਤੇ ਬੰਨਾਂ ਦੇ ਉੱਤੇ ਚੱਲ ਪਾਸੇ ਦਰਿਆ ਦਾ ਮਣਾ ਮਣਾ ਪਾ ਦੇਣਾ, ਬੰਨ ਵੀ ਹੋ ਜਾਣ ਸਿੱਧੇ ਸਾਡੀ ਬਚਤ ਹੋ ਜਾਂਦੀ ਹੈ, ਕੋਈ ਪੈਲੀਆਂ ਦਾ ਨੁਕਸਾਨ ਘੱਟ ਹੋਵੇ ਤਾਂ ਕੋਈ ਫਸਲ ਦਾ ਨੁਕਸਾਨ ਘੱਟ ਹੋਵੇਗਾ, ਅਤੇ ਇਹ ਮੰਗ ਹੀ ਕਰਦੇ ਆ ਲੋਕ ਉੱਥੇ ਵੀ, ਅਤੇ ਅਸੀਂ ਤਾਂ ਆਪ ਕਹਿੰਦੇ ਹਾਂ ਵੀ ਆਗੜੀ ਸਾਡਾ ਤਾਂ ਨੁਕਸਾਨ ਬਹੁਤ ਹੋਇਆ ਸੀ, ਅਤੇ ਸਾਨੂੰ ਤਾਂ ਕੋਈ ਹੁਣ ਮਾੜਾ ਮੋਟਾ ਕੋਈ ਗੁਜ਼ਾਰਾ ਕਰਦਾ ਵੀ ਰੋਟੀ ਦਾ, ਨਹੀਂ ਤਾਂ ਉਹ ਗੱਲਬਾਤ ਨਹੀਂ ਹੈਗੀ। ਸਰਕਾਰ ਨੇ ਪੈਲੀ ਤੋੜੀ, ਪਤਾ ਨਹੀਂ ਕਿੱਦਾਂ ਦੀ ਉਹ ਤੋੜੀਆਂ ਗਰਦੋਰੀਆਂ ਟੁੱਟੀਆਂ ਹੋਈਆਂ ਨੇ, ਇਹ ਸਰਕਾਰ ਨੇ ਫਿਰ ਇਹਨਾਂ ਕੋਈ ਮੁਆਵਜ਼ੇ ਦੀ ਨਹੀਂ ਕੀਤਾ, ਪਤਾ ਨਹੀਂ ਹੁਣ ਉਤਲੀ ਸਰਕਾਰ ਨੇ ਪੈਲੀ ਤੋੜੀ ਹੋਈ ਕਿ ਪਤਾ ਨਹੀਂ, ਇਹ ਸਰਕਾਰ ਨੇ ਸਾਨੂੰ ਇੰਨਾ ਪਤਾ ਨਹੀਂ ਇੰਨਾ ਵੱਡੀ ਗੱਲਾਂ ਦਾ, ਕਿਉਂ ਅਸੀਂ ਪੜ੍ਹੇ ਲਿਖੇ ਹੈਗੇ ਨਹੀਂ, ਇਹ ਅਣਜਾਣ ਹੈਗੇ ਸਾਰੇ, ਕੋਈ ਸਮਝ ਤਾਂ ਆਉਂਦੀ ਨਹੀਂ ਵੀ ਕਿੱਥੋਂ ਤੋੜੀ ਨੇ, ਕਿੰਨੀ ਕੇਂਦਰ ਸਰਕਾਰ ਨੇ ਤੋੜੀ ਹੋਈ ਹੈ ਪੈਲੀ, ਕਿ ਇੱਥੋਂ ਦੇ ਪੰਜਾਬ ਦੇ ਸਰਕਾਰ ਨੇ ਤੋੜੀ ਹੋਈ ਹੈ, ਸਾਨੂੰ ਨਹੀਂ ਇਹ ਗੱਲ ਦਾ ਪਤਾ ਹੈਗਾ। ਅਤੇ ਮਾਜਵੇ ਵਾਲੀ ਤੱਕ ਅਜੇ ਤੱਕ ਗੱਲ ਨਹੀਂ ਬਣੀ ਕੋਈ ਵੀ, ਅਤੇ ਰੇਤਾ ਵੀ ਆਵੇ ਦੇਖੋ ਸਾਹਮਣੇ ਕਿੰਨਾ ਪੈ ਗਿਆ, ਅੱਜ ਤੱਕ ਕੁਛ ਨਹੀਂ ਮਿਲਿਆ। ਬਿਲਕੁਲ ਹਾਲਾਤ ਮੁੜ ਬਣਦੇ ਜਾ ਰਹੇ ਆ ਹੜ੍ਹਾਂ ਵਾਲੇ, ਹੜ੍ਹਾਂ ਵਾਲੇ ਇਸ ਕਰਕੇ ਕਹਿ ਰਹੇ ਹਾਂ ਕਿ
ਬਰਸਾਤ ਜਿਹੜੀ ਆ ਉਹ ਹੋ ਰਹੀ ਆ ਮੈਦਾਨੀ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋਣ ਦੇ ਕਾਰਨ ਜਿਹੜਾ ਉਹ ਸਤਲੁਜ ਦਰਿਆ ਦਾ ਪੱਧਰ ਆ ਉਹ ਉੱਚਾ ਹੁੰਦਾ ਨਜ਼ਰ ਆ ਰਿਹਾ। ਲੋਕ ਦੱਸਦੇ ਕਿ ਪਾਣੀ ਜਿਹੜਾ ਉਹ ਹੌਲੀ ਹੌਲੀ ਉੱਚਾ ਹੋ ਰਿਹਾ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹਿਰੀ ਵਿਭਾਗ ਵੱਲੋਂ ਇਹਨਾਂ ਹੜ੍ਹਾਂ ਦੀ ਮਜ਼ਬੂਤੀ ਕਰਨੀ ਸੀ, ਕਿਉਂਕਿ ਹੜ੍ਹ ਪਿਛਲੇ ਸਾਲ ਹੀ ਤਬਾਹੀ ਮਚਾ ਚੁੱਕੇ ਨੇ, ਹੜ੍ਹ ਪਿਛਲੇ ਸਾਲ ਹੀ ਇਹਨਾਂ ਬੰਨਾਂ ਨੂੰ ਕਮਜ਼ੋਰ ਕਰ ਚੁੱਕੇ ਨੇ, ਪਰ ਇੱਕ ਸਾਲ ਬੀਤਣ ਦੇ ਬਾਵਜੂਦ ਵੀ ਇਹਨਾਂ ਬੰਨਾਂ ਦੀ ਸਾਰ ਨਹੀਂ ਲਈ ਗਈ, ਇਹਨਾਂ ਬੰਨਾਂ ਨੂੰ ਮਜ਼ਬੂਤ ਨਹੀਂ ਕੀਤਾ ਗਿਆ, ਔਰ ਜਿੱਥੇ ਪਾਣੀ ਦੀ ਸਿੱਧੀ ਟੱਕਰ ਵੱਜਦੀ ਆ ਉਹਨਾਂ ਨੋਚਾਂ ਨੂੰ ਜਿਹੜਾ ਮਿੱਟੀ ਨਾਲ ਜਾਂ ਬੋਰੀਆਂ ਦੇ ਨਾਲ ਜਾਂ ਉਸ ਤੋਂ ਬਾਅਦ ਪੱਥਰਾਂ ਦੇ ਨਾਲ ਪੱਕਾ ਕਰਨਾ ਹੁੰਦਾ ਉਹ ਵੀ ਨਹੀਂ ਕੀਤਾ ਗਿਆ, ਔਰ ਜਿਸ ਜਗ੍ਹਾ 'ਤੇ ਅਸੀਂ ਮੌਜੂਦ ਹਾਂ ਇਹ ਲੋਕ ਦੱਸਦੇ ਨੇ ਕਿ ਇੱਥੇ ਵੀ ਸਿੱਧੀ ਟੱਕਰ ਪੈਂਦੀ ਹੈ, ਇੱਥੇ ਵੱਡੀ ਨੋਚ ਆ, ਇਹ ਦਰਿਆ ਦਾ ਪਾਣੀ ਸਿੱਧਾ ਇੱਥੇ ਟੱਕਰ ਮਾਰਦਾ, ਔਰ ਟੱਕਰ ਮਾਰਨ ਤੋਂ ਬਾਅਦ ਜਿਹੜੇ ਪੈਲੀਆਂ ਜਿਹੜੀਆਂ ਜ਼ਮੀਨਾਂ ਉਹ ਖੁਰਦੀਆਂ ਜਾਂਦੀਆਂ, ਪਰ ਜਿਸ ਤਰ੍ਹਾਂ ਪਾਣੀ ਪਿੱਛੇ ਵੱਧ ਰਿਹਾ ਮੁੜ ਇਸ ਜਗ੍ਹਾ ਦੇ ਉੱਪਰ ਟੱਕਰ ਵੱਜੇਗੀ, ਇਸ ਨੋਚ ਨੂੰ ਪਾਣੀ ਸਿੱਧਾ ਟੱਕਰ ਮਾਰ ਕੇ ਖੋਰੇਗਾ। ਪਰ ਹਾਲਾਤ ਇਹ ਨੇ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਨਹਿਰੀ ਵਿਭਾਗ ਨੇ ਇਸ ਏਰੀਏ ਦੀ ਸਾਰ ਨਹੀਂ ਲਈ, ਔਰ ਲੋਕ ਦੱਸਦੇ ਕਿ 2-2.5-3 ਕਿਲੋਮੀਟਰ ਦੇ ਏਰੀਏ ਦੇ ਵਿੱਚ ਅਜੇ ਤੱਕ ਇੱਕ ਵੀ ਬੰਨ ਦੀ ਜਿਹੜੀ ਮਜ਼ਬੂਤੀ ਨਹੀਂ ਹੋਈ, ਇੱਕ ਵੀ ਬੰਨ ਦੇ ਉੱਪਰ ਜਿਹੜੀਆਂ ਮਿੱਟੀ ਨਹੀਂ ਪਾਈ ਗਈ, ਇੱਕ ਵੀ ਨੋਚ ਨੂੰ ਪੱਕਾ ਨਹੀਂ ਕੀਤਾ ਗਿਆ। ਸ਼ਾਇਦ ਇਸੇ ਉਡੀਕ ਦੇ ਵਿੱਚ ਆ ਜ਼ਿਲ੍ਹਾ ਪ੍ਰਸ਼ਾਸਨ ਕਿ ਕਦੋਂ ਹੜ੍ਹ ਆਉਣਗੇ ਔਰ ਕਦੋਂ ਉਹ ਇੱਥੇ ਜਿਹੜੀਆਂ ਰੈਸਕਿਊ ਕਰਕੇ ਜਿਹੜਾ ਇਹਨਾਂ ਲੋਕਾਂ ਨੂੰ ਇਹਨਾਂ ਜਿਹੜੇ ਬੰਨ ਹੈਗੇ ਆ ਇਹਨਾਂ ਨੂੰ ਮਜ਼ਬੂਤ ਕੀਤਾ ਜਾਵੇਗਾ, ਸ਼ਾਇਦ ਇਹੀ ਉਡੀਕ ਰਿਹਾ। ਪਰ ਨੁਕਸਾਨ ਜਿਹੜਾ ਅੰਤਾਂ ਦਾ ਹੋਵੇਗਾ, ਜਿਸ ਤਰ੍ਹਾਂ ਪਿਛਲੇ ਸਾਲ ਨੁਕਸਾਨ ਹੋਇਆ ਉਸੇ ਤਰ੍ਹਾਂ ਹੀ ਮੁੜ ਇਹਨਾਂ ਲੋਕਾਂ ਨੂੰ ਨੁਕਸਾਨ ਝੱਲਣਾ ਪਵੇਗਾ। ਪਿਛਲੇ ਸਾਲ ਦਾ ਮੁਆਵਜ਼ਾ ਨਹੀਂ ਮਿਲਿਆ, ਪਿਛਲੇ ਸਾਲ ਦੀਆਂ ਜਿਹੜੀਆਂ ਜ਼ਮੀਨਾਂ ਤਬਾਹ ਹੋ ਚੁੱਕੀਆਂ ਨੇ, ਰੇਤਾ ਆ ਚੁੱਕਾ, ਪਿਛਲੇ ਸਾਲ ਫਸਲਾਂ ਨਹੀਂ ਹੋਈਆਂ, ਇਹ ਲੋਕ ਜਿਹੜੇ ਖੁਦ ਜ਼ਮੀਨਾਂ ਦੇ ਮਾਲਕ ਸੀ ਅੱਜ ਦਿਹਾੜੀ ਕਰਕੇ ਆਪਣਾ ਪੇਟ ਪਾਲ ਰਹੇ ਨੇ। ਲੋੜ ਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ, ਇਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਔਰ ਜਿਹੜੀਆਂ ਨੋਚਾਂ ਜਿਹੜੇ ਬੰਨਾਂ ਦੇ ਉੱਪਰ ਮਿੱਟੀ ਨਹੀਂ ਪਾਏਗੀ ਇਹਨਾਂ ਬੰਨਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਕੈਮਰਾ ਪਰਸਨ ਅਮਰਕੀਰ ਸਿੰਘ, ਜਨਰਲ ਸਪੋਕਸਮੈਨ, ਫਿਰੋਜ਼ਪੁਰ।